ਉਹ ਮੁੰਡੇ ਨੇ ਆਖਿਆ ਅੰਤ ਜਾਣਾ ਫਿਰ ਲੱਗਿਆ ਹੀ ਨੀ।
ਜਿਹੜਾ ਸਬਜ਼ ਲਿਆਈ ਤਾਂ ਉਹਨੇ ਜੀਤਾ ਈ ਸਬਜ਼ ਜਿਹੜਾ ਲਿਆਈ ਤਾਂ ਉਹਨੇ ਜੀਤਾ ਲਾਉਣ ਦਾ ਸੀ ਲੈ ਘਰ ਖੇਡੋ ਚਲੋ ਪਾਸੇ ਲਾਉਣੀ ਕਿੱਥੋਂ ਚਲੋ ਚੱਲੇ ਆਹੋ ਦੂਰ ਨਾ ਜਾਈ ਮਾਮੀ ਨੇ ਜਾਣਾ ਤੇਰੇ ਨਾਲ ਮੈਂ ਦੇ ਦਿੱਤੇ ਨੇ ਨਹੀਂ ਉਹਨੇ ਨਾ ਦੂਸਰਾ ਦਾਰ ਉਹਨੂੰ ਦਿੱਤਾ ਦਾਰ ਤੇ ਨੀ ਦਿੱਤਾ ਕਿਰਾਏ ਵਾਲਾ ਬੜਾ ਤੰਗ ਕੀਤੇ ਖਲੋਤਾ ਤੇ ਉਹਨੂੰ ਕਹਿ ਸੁਭਾਨ ਕਰਕੇ ਪੈਸੇ ਕਲਾ ਸੁਭਾਸ਼ ਜਾਂਦਾ ਨਾ ਇੱਥੇ ਕਿਰਾਇਆ ਵੀ ਦੇ ਦੇ ਉਹਨੂੰ ਕਹਿ ਸੁਭਾਨ ਗਿਆ ਨਾ ਕਿਰਾਇਆ ਦੇ ਕਿੰਨਾ ਪਿਛਲੇ ਮਹੀਨੇ ਦਾ 9000 ਰੁਪਿਆ ਟੋਟਲ ਉਹਨਾਂ ਦੇ ਤੇ ਪਿਛਲੇ ਮਹੀਨੇ ਕਿੰਨਾ ਦਿੱਤਾ ਸੱਜੇ ਤਿੰਨ ਬੜਾ ਜ਼ਲੀਲ ਕੀਤਾ 5 ਦਿੱਤਾ 9000 ਰੁਪਿਆ ਟੋਟਲ ਦੇਣਾ 10 ਤਰੀਕ ਤੱਕ ਮੈਂ ਉੱਥੇ ਪਹੁੰਚਣਾ 10 ਤਰੀਕ ਨੂੰ ਮੈਂ ਸਮਾਨ ਚੁੱਕ ਲੈਣਾ ਸਵੇਰ ਲੈਂਟਰ ਖੁੱਲ ਜਾਣਾ ਆ ਠੀਕ ਹੈ ਇੱਧਰ ਵਾਲੇ ਕਮਰੇ 'ਚ ਜਾ ਕੇ ਸਮਾਨ ਰੱਖ ਦੇਣਾ ਬਸ ਠੀਕ ਹੈ ਠੀਕ ਹੈ ਸਵੇਰ ਦੀ ਦਿਹਾੜੀ ਗਈ ਸਵੇਰੇ ਮੈਂ ਇੱਧਰ ਹੋ ਗਏ ਤੇ ਪਰਸੋਂ ਉੱਥੇ ਮੀਟਰ ਲਵਾਣੇ ਸਹੀ ਠੀਕ ਹੈ ਨਹੀਂ ਉੱਥੇ ਕਿਵੇਂ ਜਾ ਕੇ ਮੀਟਰ ਹਲਾਂਦੇ ਹੋ ਗਈ ਨਹੀਂ ਡਰਮੀ ਉਹਨੂੰ ਮੋਟਰ ਲੱਗੀ ਰਹਿ ਕਰੇ ਦੀ ਮੋਟਰ ਭਰ ਲਾਂ ਜਦੋਂ ਮਰਜ਼ੀ ਭਰ ਲਿਆ ਪੈਪ ਲੱਗਾ ਰਹਿ ਕਰੇ ਠੀਕ
ਆਪ ਬੈਠੋ ਫਿਰ ਕਤਲ ਨਾਮ ਨਹੀਂ ਯਾਰ ਕਹੀ ਤੈਨੂੰ ਕਿਹਾ ਸੀ ਤਾਤੋ ਕਰ ਲੋ ਰੇ ਵੇਖ ਕੇ ਲਿਆ ਮੈਨੂੰ ਨਹੀਂ ਜਾ ਤੂੰ ਆ ਗਿਆ ਚਲੀਏ ਐ ਰੱਖੇ ਤੇ ਰੱਖੇ ਦੇ ਉਹਨੂੰ ਲਈ ਜਨਾਂ ਦੇ ਕੀ ਆਵੇ ਦਾ ਨਾ ਰੱਖਿਆ ਤੇ ਆ ਚਾਰ ਫੇਰੇ ਰੱਖੇ ਦੇ ਵਿੱਚ ਤੱਕਾਂ ਦੇ ਉਹਨੂੰ ਗਾਂਗੇ ਛੱਡ ਦੇ ਕੀ ਤੂੰ ਇਕੱਠਾ ਕਰਦੀ ਏ ਪੂਰੇ ਨੂੰ ਯਾਰ ਵੇਹੀ ਭਾਵੇਂ ਕੋਲੇ ਜੁੜੇ ਉਹ ਅੱਜ ਜੁੜੀ ਸੱਚਾ ਮੰਨ ਚੱਲ ਤੇ ਮੈਨੂੰ ਦੱਸ ਕਿਵੇਂ ਰਿਹਾ ਜਾਇਦਾ ਐਵੇਂ ਅਸੀਂ ਸਾਰੀ ਮਿੱਟੀ ਕੱਟਾ ਬਾਲ ਖੇਤ ਚ ਗੱਲ ਪਾਵਾਂ ਜਵੇਦ ਨੂੰ ਕਹੋ ਉਹ ਤਾਂ ਜਵੇਦ ਨੇ ਲਿਆਉਣਾ ਸੀ ਸਮਾਨ ਅਜੇ ਉਹਨੇ ਕਿਹਾ ਸੁਬਾਹ ਲਿਆਵਾਂਗੇ ਭਾਜੀ ਉਹ ਕੰਮ ਵਾਲੇ ਕਹਿੰਦੇ ਵੀ ਮੈਂ 2000 ਰੁਪਇਆ ਲੈਣਾ ਸ਼ਾਮ ਦੇ ਤੱਕ ਤੁਸੀਂ ਕਹਿੰਦੇ ਬਰਤਨ ਬਰਤਨ ਵੀ ਤੁਹਾਨੂੰ ਹੋਣਗੇ ਐ ਵਾਲੇ ਘਰ ਵੀ ਹੋਈ ਆਏ ਕਰਾ ਤਾਂ ਉਹ ਮੈਨੂੰ ਨਹੀਂ ਪਤਾ ਉਹ ਤਾਂ ਬਗਸ਼ ਡਾਢੀ ਸਿਆਣਾ ਸਿਰ ਨੂੰ ਚੜੀ ਗਈ ਆ ਉਹਨੂੰ ਪਰ ਬਰਤਨ ਕੱਲੇ ਧੋਮਨੇ ਨੇ ਤੋ ਰਜੀਆ ਨੂੰ ਬੁਲਾ ਲਾ ਮੈਂ ਸ਼ਾਮ ਨੂੰ ਬਰਤਨ ਧੋਣ ਨਹੀਂ ਹੁੰਦੇ ਸਫਾਈ ਵਾਲੇ ਕਹਿੰਦੇ ਆਵੇ ਸੀ ਨਾ ਮੈਂ ਚਾਤਰੀ ਕਰਵਾਉਣੀ ਉਸ ਤੋਂ ਬਾਅਦ ਉਹਨੇ ਕਿਹਾ ਚੱਲ ਬਰਤਨ ਵੀ ਧੋ ਦੇ ਤੇ ਸ਼ਾਮ ਨੂੰ ਮਾਰੇ ਮਤਲਬ ਸਫਾਈ ਹੋਏ ਕਰ ਦੀ ਤੇ 2000 ਰੁਪਇਆ ਲੈਣਾ ਜੀ ਮੈਂ ਅੱਗੇ ਉਹਨੇ ਤਾਂ ਭੈਣ 10 ਮਿੰਟ ਨਿਕਾ ਆਉਂਦਾ ਬਾਲ ਉਹਨੇ ਤਾਂ 15 ਮਿੰਟ ਨਹੀਂ ਖਲੋਣਾ ਤੁਹਾਨੂੰ ਮੈਂ ਕਿੰਨੀ ਵਾਰੀ ਆਖਿਆ ਉਹ ਕੰਮ ਨਹੀਂ ਕਰ ਸਕਦਾ।